हलचल टीवी न्यूज। बुधवार सवेरे पठानकोट जुगियाली रोड छन्नी दे कोल तेज रफ्तार बाइक ने मोड़ कट रही स्कूटरी सवार नू साइड मार दिती। हादसे विच स्कूटरी सवार दी मौत हो गई है, जदों कि बाइक सवार नौजवान जख्मी है। मृतक स्कूटरी सवार रमेश चंद निवासी डंडा दे रहण वाले ने, जदों कि बाइक सवार दे चोटां आउण नाल सिविल हस्पताल विच भर्ती करवाया गया। सूचना मिलते ही मौके ते शहारपुर कंडी पुलिस पहुंची है। आओ देखते हां पठानकोट तो अनमोल शर्मा नाले खास रिपोर्ट। ਐਕਸੀਡੈਂਟ ਕੇਸ ਆਇਆ ਇਸ ਵਿੱਚ ਛੰਨੀ ਹੋਇਆ ਐਕਸੀਡੈਂਟ ਐਕਟਿਵਾ ਦੇ ਮੋਟਰਸਾਈਕਲ ਦਾ, ਉਸ 'ਚ ਇੱਕ ਮੁੰਡਾ ਸੀ ਉਹ ਜ਼ਖਮੀ ਹੋਇਆ। ਬਾਕੀ ਇੱਕ ਪੇਸ਼ੈਂਟ ਦੀ ਮੌਕੇ 'ਤੇ ਡੈਥ ਹੋ ਗਈ ਹੈ, ਬਾਕੀ ਉਹ ਮੁੰਡੇ ਦਾ ਟ੍ਰੀਟਮੈਂਟ ਚੱਲ ਰਿਹਾ। ਸਰ ਪੇਸ਼ੈਂਟ ਕਿੰਨੀ ਕੁ ਉਮਰ ਦਾ ਸੀਗਾ? ਤਕਰੀਬਨ 50 ਸਾਲ ਦਾ ਸੀ। ਸਰ ਜਿਹੜਾ ਲੜਕਾ ਘਾਇਲ ਹੋਇਆ ਉਹਦੀ ਉਮਰ ਕਿੰਨੀ ਹੋਣੀ ਹੈ? ਉਹ 18 ਸਾਲ ਦਾ ਮੁੰਡਾ ਹੈ। ਪਰ ਤੁਸੀਂ ਕੀ ਕਹਿਣਾ ਚਾਹੁੰਦੇ ਜੀ? ਜੀ ਮੇਰੇ ਫਾਦਰ ਸਾਹਿਬ ਹੈਗੇ ਆ ਜੀ। ਹਾਂਜੀ। ਰੂਟੀਨ ਦੇ ਨਾਲ ਡੇਲੀ ਕੰਮ 'ਤੇ ਜਾਂਦੇ ਸੀ। 8:30-9 ਵਜੇ ਨਾਲ ਕੰਮ 'ਤੇ ਪਹੁੰਚੇ, ਜ਼ਿਲ੍ਹੇ ਪਹੁੰਚਣ ਰੋਡ ਕਰਾ ਲੱਗੇ ਕਰਨ, ਪਿੱਛੋਂ ਮੋਟਰਸਾਈਕਲ ਤੇਜ਼ ਰਫ਼ਤਾਰ ਨਾਲ ਆਇਆ ਤਾਂ ਉਹਨਾਂ ਨੂੰ ਮਾਰ ਕੇ ਤਸਵੀਰ ਦੇ ਕੋਈ ਕਿਲੋਮੀਟਰ ਤੱਕ ਲੈ ਗਏ। ਅਤੇ ਉਹਦੀ ਸਪੋਰਟ ਹੀ ਡੈਥ ਹੋ ਗਈ ਜੀ? ਹਾਂਜੀ, ਉਹਦੇ ਮੁੱਖ ਡੈਥ ਹੋ ਗਈ। ਅਤੇ ਪੁਲਿਸ ਕੰਪਲੇਂਟ ਕੀਤੀ ਹੈ ਜੀ? ਪੁਲਿਸ ਕੰਪਲੇਂਟ ਹਾਂਜੀ ਕੀਤੀ ਹੈ। ਕਿੱਥੇ ਕੀਤੀ ਹੈ ਜੀ? ਜੁਗਿਆਲ ਸੱਤਕੰਡ। ਤੁਸੀਂ ਕੀ ਮੰਗ ਕਰਦੇ ਹੋ ਜੀ ਪ੍ਰਸ਼ਾਸਨ? ਅਸੀਂ ਪ੍ਰਸ਼ਾਸਨ ਅੱਗੇ ਕਰਨੇ ਵੀ ਜੀ, ਜਿਹੜੇ ਸਾਡੇ ਫਾਦਰ ਸਾਹਿਬ ਦੀ ਡੈਥ ਹੋਈ ਹੈ, ਜਿਹਨ ਕਿ ਜਿਹਦੇ ਨਾਲ ਮੋਟਰਸਾਈਕਲ ਵੱਜੇ ਬਾਈਕ ਨਾਲ, ਉਹਨੂੰ ਸਜ਼ਾ ਦਿੱਤੀ ਹੈ। ਅਤੇ ਮੌਕੇ 'ਤੇ ਜਾ ਕੇ ਤੁਸੀਂ ਕੀ ਕੀਤਾ ਜੀ ਉੱਥੇ? ਮੌਕੇ 'ਤੇ ਜਾ ਕੇ ਆਪਾਂ ਬਦਲੀਏ ਫੋਨ, ਸਾਨੂੰ ਇਤਲਾਹ ਮਿਲੀ ਹੈ ਵੀ ਇੱਕ ਬਾਈਕ ਮੋਟਰਸਾਈਕਲ ਅਤੇ ਐਕਟਿਵਾ ਦਾ ਐਕਸੀਡੈਂਟ ਜਿਹੜਾ ਛੰਨੀ ਬਣਾਸਾਂ ਲੱਗੇ ਹੋਇਆ, ਅਤੇ ਕਾਰਵਾਈ ਕੀਤੀ। ਜਿਹੜਾ ਬੰਦਾ ਮ੍ਰਿਤਕ ਹੈਗਾ ਰਮੇਸ਼ ਕੁਮਾਰ, ਰਮੇਸ਼ ਲਾਲ, ਇਹਦੀ ਜਿਹੜੀ ਆ ਸਿਵਲ ਹਸਪਤਾਲ ਜਾ ਕੇ ਮੌਤ ਹੋ ਗਈ ਹੈ। ਕਾਰਵਾਈ ਕੀਤੀ ਅਤੇ ਮੈਂ ਸਮੇਤ ਮੇਰੀ ਪੁਲਿਸ ਪਾਰਟੀ ਹਾਂ ਸ਼ਾਹਪੁਰ ਗੰਡੀ ਤੋਂ ਮੌਕੇ 'ਤੇ ਪੁੱਜ ਗਏ, ਆਪਣੇ ਹਸਪਤਾਲ ਪੁੱਜ ਗਏ, ਸਾਰੀ ਅਮਲ ਕਾਰਵਾਈ ਲਿਆ ਕੇ ਕੇਸ ਰਜਿਸਟਰ ਕੀਤਾ। FIR 20/11/3020, JRM 304A 280 3 IPC 3 ਸ਼ਾਹਪੁਰ ਗੰਡੀ ਦਾ ਰਜਿਸਟਰ ਕੀਤਾ। ਅਗਲੀ ਜਿਹੜੀ ਤਫਤੀਸ਼ ਹੈ ਅਮਲ ਵਿੱਚ ਲਿਆਉਂਦੀ ਜਾ ਰਹੀ ਹੈ। ਜਿਹੜੀ ਡੈੱਡ ਬੋਡੀ ਹੈ ਪੋਸਟਮਾਰਟਮ ਕਰਾਉਣ ਤੋਂ ਬਾਅਦ ਹਵਾਲੇ ਵਾਪਸ ਕਰ ਦਿੱਤੀ। ਅਤੇ ਸਰ ਉਹ ਜਿਹੜਾ ਮੁੰਡਾ ਸੀਗਾ ਉਹਨੂੰ ਕਿੱਥੇ ਰੈਫਰ ਕੀਤਾ ਗਿਆ ਜੀ? ਉਹਨੂੰ ਇੱਥੋਂ ਹੋਸਪਿਟਲ ਤੋਂ ਉਹਨਾਂ ਰੈਫਰ ਕੀਤਾ। ਕਿਆ ਉਹਦੇ ਵੀ ਸੱਟਾਂ ਸੁੱਟਾਂ ਲੱਗੀਆਂ? ਉਹਦੇ ਵੀ ਸੱਟਾਂ ਲੱਗੀਆਂ ਜੀ, ਪਰ ਉਹਦੀ ਆਪਣੇ ਸਟੇਟਮੈਂਟ ਲਿਖਾਈ ਹੈ ਆਪਾਂ ਡਾਕਟਰ ਕੋਲ, ਉਹਨਾਂ ਕਿਹਾ ਵੀ ਅਜੇ ਗਿਆਨ ਦੇਣ ਦੇ ਫਿੱਟ ਨਹੀਂ ਹੈ। ਠੀਕ। ਫ੍ਰੀ ਸੇਵਾ ਫ੍ਰੀ ਸਮਾਧਾਨ, ਵਿਦੇਸ਼ 'ਚ ਬੈਠੇ ਕਿਉਂ ਹੋ ਪਰੇਸ਼ਾਨ? ਤੰਤਰ ਮੰਤਰ, ਕਾਲੀ ਸ਼ਕਤੀ ਅਤੇ ਕਾਲੇ ਇਲਮ ਦੇ ਬੇਤਾਜ ਬਾਦਸ਼ਾਹ ਪੰਡਿਤ ਸ਼ਾਮ ਸੁੰਦਰ ਜੀ, ਮੇਰਾ ਕੀਤਾ ਹੋਇਆ ਚੱਲੇਗਾ ਸੱਤ ਸਮੁੰਦਰੋ ਪਾਰ। ਅਜਿਹਾ ਕੋਈ ਤਾਲਾ ਨਹੀਂ ਜੋ ਖੁੱਲੇ ਨਾ, ਹਰ ਕੰਮ ਹੁੰਦਾ ਹੈ ਕਰਨ ਵਾਲਾ ਚਾਹੀਦਾ। ਸਮੱਸਿਆ ਦਾ ਸਮਾਧਾਨ 100% ਗਰੰਟੀ ਦੇ ਨਾਲ। ਅਸ਼ਟਾਮ ਪੇਪਰ ਤੇ ਲਿਖ ਕੇ ਲਵੋ, ਸਪੈਸ਼ਲਿਸਟ ਵਸ਼ੀਕਰਨ ਕਰਨਾ ਜਾਂ ਤੁੜਵਾਉਣਾ, ਲਵ ਮੈਰਿਜ, ਲਾਟਰੀ ਨੰਬਰ, PR ਪ੍ਰੋਬਲਮ, ਵਿਦੇਸ਼ 'ਚ ਪੱਕਾ ਹੋਣਾ, ਸੌਤਨ ਜਾਂ ਦੁਸ਼ਮਣ ਤੋਂ ਛੁਟਕਾਰਾ, ਕਰਜ਼ਾ ਮੁਕਤੀ, ਸੱਸ ਨੂੰ ਪਤੀ ਪਤਨੀ 'ਚ ਅਣਬਣ, ਜਾਇਦਾਦ 'ਚ ਝਗੜਾ, ਮਨ ਚਾਇਆ ਪਿਆਰ, ਬੱਚੇ ਕਹਿਣੇ ਤੋਂ ਬਾਅਦ ਘਰ 'ਚ ਕਲੇਸ਼। ਜੇਕਰ ਤੁਹਾਡਾ ਕੋਈ ਭੈਣ ਭਰਾ, ਪਤੀ ਪਤਨੀ, ਪ੍ਰੇਮੀ ਪ੍ਰੇਮਿਕਾ ਕਿਸੇ ਦੇ ਵਾਸ ਵਿੱਚ ਹੈ ਤਾਂ ਉਸ ਨੂੰ ਬਾਹਰ ਕੱਢਣ ਲਈ ਪੰਡਿਤ ਸ਼ਾਮ ਸੁੰਦਰ ਜੀ ਨੂੰ ਤੁਰੰਤ ਸੰਪਰਕ ਕਰੋ। ਫੋਨ ਨੰਬਰ 97795-0568। ਨੰਬਰ ਇੱਕ ਵਾਰ ਫਿਰ ਨੋਟ ਕਰ ਲੋ, 9779505-0568।